श्री गुरु रविदास जी महाराज का 647वां प्रकाश उत्सव श्री गुरु रविदास मंदिर कटरा मोहल्ला बस्ती दानिशमंदा जालंधर में मंदिर प्रबंधक कमेटी के प्रधान मदन लाल खिंदर की अध्यक्षता में बड़ी ही धूमधाम से मनाया गया। इस अवसर पर दैनिक सवेरा के मुख्य संपादक शीतल विज, सांसद सुशील रिंकू, विधायक शीतल अंगुराल ने बतौर मुख्य अतिथि शिरकत कर माथा टेक कर आशीर्वाद प्राप्त किया। इस दौरान महिला संकीर्तन मंडली ने गुरु महिमा का गुणगान कर भक्तों को गुरु चरणों से जोड़ा। इस अवसर पर बड़ी संख्या में भक्तों ने शामिल होकर अपनी हाजिरी लगाई। तो वहीं रतन ब्रदर्स के मालिक एवं मंदिर प्रबंधक कमेटी के प्रधान मदनलाल खिंदर के सुपुत्र विशाल खिंदर और अनुराग खिंदर सहित कमेटी के सभी सदस्यों ने आए हुए गणमान्यों को स्मृति चिन्ह भेंट कर सम्मानित किया और गुरु महाराज के प्रकाश पर्व की समूह संगत को बधाई दी। अंत में विशाल भंडारा भक्तों में वितरित किया गया। इस मौके पर सचिव सतपाल पाला, ओम प्रकाश लोच, वाइस चेयरमैन स्वर्ण यादव, तिलक खिंदर, राजीव खिंदर, महेश अंगुराल, राजन अंगुराल, अमरनाथ, कुलदीप, लक्की घई, कैशियर बलबीर लोच, विजय पाठी, सौरभ वसन, बंटू सारंगल, चमन पाठी, गुरदयाल पाठी, अजय डालिया, चरणदास कलसी, पवन कुमार, रूबी जंग बहादुर, जैकी कमल डालिया, लक्की स्त्री सत्संग सभा की प्रधान दयावंती, सचिव कृष्णा देवी, संतोष, रमा, जसबीर, उषा लोच, शोभा मीनिया, अरुणा लोच, राजरानी, विमला, विष्णु, कुसुम, रानी लोच, कांता, बॉबी सहित असंख्य भक्तजन भी मौजूद रहे। जालंधर से हलचल के लिए कैमरामैन सुरेंद्र बाबा और नवीन की रिपोर्ट।
ਪੂਰੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਹਰ ਸਾਲ ਇਸ ਗੁਰੂ ਘਰ ਸਾਹਿਬ ਦੀ ਲਵਾਉਂਦੇ ਆ।
ਖਾਸ ਕਰਕੇ ਆਪਣੇ ਪਿਤਾ ਤੋਂ ਲੈ ਜਿਨ੍ਹਾਂ ਤੋਂ ਮੈਂ ਇਹਨਾਂ ਨੂੰ ਸਿੱਖਿਆ ਇਸ ਘਰ ਦੇ ਗੁਰੂ ਘਰ ਦੇ ਪ੍ਰਧਾਨ ਸ੍ਰੀ ਮਦਨ ਲਾਲ ਪਿੱਤਰ ਜੀ ਵੱਲੋਂ ਤੁਹਾਨੂੰ ਮੈਂ ਦੋਨਾਂ ਹੀ ਸ਼ਖਸੀਅਤਾਂ ਨੂੰ ਕਿਉਂਕਿ ਇੱਕ ਜਲੰਧਰ ਦੀ ਰਹਿਨਮਾਈ ਕਰ ਰਿਹਾ ਇੱਕ ਜਲੰਧਰ ਦੀ ਆਵਾਜ਼ ਬਣ ਕੇ ਕਲਮ ਦੀ ਤਾਕਤ ਦੇ ਨਾਲ ਪੂਰੇ ਦੇਸ਼ ਦੇ ਵਿੱਚ ਲਿਖ ਰਿਹਾ ਤੁਹਾਨੂੰ ਇਸ ਗੁਰੂ ਘਰ ਦੇ ਪ੍ਰਧਾਨ ਔਰ ਚੇਅਰਮੈਨ ਸਾਹਿਬ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ ਮੈਂ ਤੁਹਾਡਾ ਧੰਨਵਾਦ ਕਰਦਾ ਜੈਪੁਰ ਦੇ ਇਹਨਾਂ ਨੂੰ ਦੋਵਾਂ ਨੂੰ ਭਾਵਨਾ ਰੱਖੀ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੀ
ਜਿੱਥੋਂ ਗੁਰੂ ਮਹਾਰਾਜ ਦੀ ਬਾਣੀ ਦੀ ਸ਼ੁਰੂਆਤ ਹੋਈ ਸੀ। ਅੱਜ ਗੁਰਦਾਸ ਮੰਦਰ ਕੱਟਾ ਮਹੱਲਾ ਵਿੱਚ ਇਹ ਪ੍ਰੋਗਰਾਮ ਬੜੇ ਚਾਵਾਂ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ। ਮੈਂ ਬਹੁਤ ਧੰਨਵਾਦ ਕਰਦਾ, ਸਵਾਗਤ ਕਰਦਾ ਸਮੁੱਚੀ ਮੈਨੇਜਮੈਂਟ ਕਮੇਟੀ ਦਾ, ਆਦਰਣੀ ਪ੍ਰਧਾਨ ਜੀ ਮਦਨ ਲਾਲ ਖਿੰਦਰ ਜੀ ਦਾ, ਚੇਅਰਮੈਨ ਆਦਰਣੀ ਸ਼੍ਰੀ ਬਸ ਰਾਮ ਜੀ ਦਾ, ਔਰ ਪੂਰੀ ਮੈਨੇਜਮੈਂਟ ਸਾਬਕਾ ਕਾਲਾ ਜੀ, ਓਮ ਪ੍ਰਕਾਸ਼ ਜੀ, ਰਕੇਸ਼ ਜੀ, ਸਵਰਦਾਸ ਜੀ, ਮਹੇਸ਼ ਜੀ, ਆਦਰਣੀ ਸ਼੍ਰੀ ਤੀਰਥ ਰਾਜ ਖਿੰਦਰ ਜੀ, ਸਮੁੱਚੀ ਮੈਨੇਜਮੈਂਟ ਔਰ ਇਸਤਰੀ ਸਭਾ ਜਿਹਨਾਂ ਨੇ ਪੂਰੀ ਰੀਤ ਔਰ ਲਗਨ ਦੇ ਨਾਲ ਗੁਰੂ ਘਰ ਦੀ ਸੇਵਾ ਕੀਤੀ ਔਰ ਬਹੁਤ ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੋੜਨ ਦਾ ਇੱਕ ਬਹੁਤ ਸਫਲ ਪ੍ਰਯਾਸ ਕੀਤਾ। ਔਰ ਸਾਡੇ ਇਲਾਕੇ ਦੇ MLA ਮੇਰੇ ਛੋਟੇ ਵੀਰ ਸ਼ੀਤਲ ਅੰਗਰਾਜ ਜੀ ਵੀ, ਉਹ ਵੀ ਇਲਾਕੇ ਦੀਆਂ ਸੇਵਾਵਾਂ ਨਿਭਾ ਰਹੇ ਆ। ਸੋ ਜਦੋਂ ਜਦੋਂ ਵੀ ਗੁਰੂ ਮਹਾਰਾਜ ਸਾਨੂੰ ਤਾਕਤ ਦਿੰਦਾ ਤਾਂ ਮੈਂ ਸਮਝਦਾ ਕਿ ਉਸ ਤਾਕਤ ਨੂੰ ਸਾਨੂੰ ਚੰਗੇ ਪਾਸੇ ਲਾਉਣਾ ਚਾਹੀਦਾ, ਸਾਰਿਆਂ ਨੂੰ ਤਾਂ ਕਿ ਅਸੀਂ ਲੋਕਾਂ ਦੇ ਕੰਮ ਕਰ ਸਕੀਏ, ਗੁਰੂ ਘਰਾਂ ਦੇ ਕੰਮ ਕਰ ਸਕੀਏ। ਸੋ ਇਹੀ ਸਾਨੂੰ ਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਬਾਣੀ ਹੈ ਇਹੀ ਸਾਨੂੰ ਸਮਝਾਉਂਦੀ ਹੈ, ਔਰ ਜੇ ਅਸੀਂ ਉਹਨਾਂ ਦੀ ਦਰਸਾਈ ਹੋਈ ਬਾਣੀ 'ਤੇ ਚੱਲਾਂਗੇ ਤਾਂ ਮੈਂ ਸਮਝਦਾ ਕਿ ਹਰ ਇੱਕ ਸੰਗਤ, ਹਰ ਇੱਕ ਇਨਸਾਨ ਹੈ ਜਿਹੜਾ ਆਪਣਾ ਜੀਵਨ ਸਫਲ ਕਰ ਸਕਦਾ, ਲਾਈਫ ਸਟਾਈਲ ਚੇਂਜ ਹੋ ਚੁੱਕਾ ਹੈ। ਬਸਤੀ ਦਾਨਸ਼ਵਾਂ ਦਾ ਅੱਡੇ ਤੋਂ ਵੀ ਕੋਈ ਗੁਰੂ ਰਵਿਦਾਸ ਮੰਦਰ ਆਉਂਦਾ ਤਾਂ ਪੈਦਲ ਨਹੀਂ ਆਉਂਦਾ, ਮੋਟਰਸਾਈਕਲ 'ਤੇ ਆਉਂਦਾ। ਸੋ ਜ਼ਰੂਰਤ ਵੱਧ ਰਹੀ ਹੈ, ਸੋ ਲਾਗੇ ਜਗ੍ਹਾ ਵੀ ਪਈ ਹੈ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਦੱਸਿਆ। ਔਰ ਗੁਰੂ ਘਰ ਦੇ ਵਿੱਚ ਮੈਂ ਘਮੰਡ ਨਹੀਂ ਕਰਦਾ, ਕਿਉਂਕਿ ਤੁਸੀਂ ਇਹ ਤਾਕਤ ਬਖਸ਼ੀ ਹੈ, ਤੁਸੀਂ ਸੇਵਾ ਬਖਸ਼ੀ ਹੈ। ਮੈਂ ਇੱਥੇ ਵਾਅਦਾ ਕਰਦਾ, MLA ਸਾਹਿਬ ਵੀ ਮੇਰੇ ਨਾਲ ਹੈ, ਅਸੀਂ ਇਹ ਜਗ੍ਹਾ ਜਿਹੜੀ ਹੈ ਜ਼ਰੂਰ ਲੈ ਕੇ, ਕੋਈ ਮੰਗ ਹੋਵੇ ਭਾਵੇਂ ਇਹ ਜਗ੍ਹਾ ਜ਼ਰੂਰ ਮਿਲੇਗੀ, ਕਿਉਂਕਿ ਇਹ ਸਮੇਂ ਦੀ ਜ਼ਰੂਰਤ ਹੈ, ਸੰਗਤ ਦੀ ਜ਼ਰੂਰਤ ਹੈ। ਇਹਦੇ ਲਈ ਕਿਸੇ ਤਰ੍ਹਾਂ ਦਾ ਵੀ ਕੋਈ ਐਫਰਟ ਕਰਨਾ ਪਿਆ, ਚਾਹੇ ਪੈਸੇ ਖਰਚਣੇ ਪਏ, ਚਾਹੇ ਕਬਜ਼ਾ ਕਰਨਾ ਪਿਆ, ਸਭ ਕੁਝ ਕਰਨਾ ਅਸੀਂ, ਕਿਉਂਕਿ ਤੁਸੀਂ ਜਿੱਥੇ ਗੁਰੂ ਮਾਤਾ ਦਾ ਆਸ਼ੀਰਵਾਦ ਹੈ ਉੱਥੇ ਤੁਹਾਡੀ ਤਾਕਤ ਹੈ। ਤੁਸੀਂ ਵੋਟ ਪਾਉਂਦੇ ਹੋ ਤਾਂ ਅਸੀਂ ਜਿਹੜੇ ਆ ਉਹਨਾਂ ਕੁਰਸੀਆਂ 'ਤੇ ਜਾ ਕੇ ਬੈਠਦੇ ਹਾਂ, ਚਾਹੇ ਕੋਈ MC ਬਣਦਾ, ਕੋਈ MLA ਬਣਦਾ, ਕੋਈ ਮੈਂਬਰ ਪਾਰਲੀਮੈਂਟ ਬਣਦਾ, ਉਹ ਸਾਡਾ ਫਰਜ਼ ਬਣਦਾ। ਅਸੀਂ ਆਪਣਾ ਫਰਜ਼ ਜ਼ਰੂਰ ਨਿਭਾਵਾਂਗੇ। ਜਿੱਥੇ ਸਾਡੇ ਬਜ਼ੁਰਗਾਂ ਨੇ ਇਸ ਗੁਰੂ ਘਰ ਦੀ ਬਿਹਤਰੀ ਲਈ ਕੰਮ ਕੀਤਾ, ਉਹ ਜਿਹੜੀ ਹੁਣ ਜ਼ਿੰਮੇਵਾਰੀ ਸਾਡੇ 'ਤੇ ਪਈ ਹੈ, ਅਸੀਂ ਵੀ ਉਹ ਜ਼ਿੰਮੇਵਾਰੀ ਪੂਰੀ ਕਰਕੇ ਇਹ ਜਗ੍ਹਾ ਜ਼ਰੂਰ ਸਾਡੀ ਸੰਗਤ ਦਾ, ਮੇਰੇ ਵੱਲੋਂ, ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈ, ਬਹੁਤ ਬਹੁਤ ਧੰਨਵਾਦ। ਔਰ ਇਸ ਗੁਰੂ ਘਰ ਦੇ ਲਈ ਛੋਟੀ ਜਿਹੀ ਜਿਹੜੀ
सारे ही अपने रब सर श्री गुरुदास मामा जी का 647वां प्रकाश पर्व मना के आ रहे हैं, बल्कि मना रहे हैं उन्होंने विच और जिन्नी भी संगत ने सिद्ध की है उन्होंने साथी मंदिर प्रबंधक कमेटी वालों बहुत बहुत मुबारक। ਅਤੇ ਸਭ ਤੋਂ ਪਹਿਲਾਂ ਨਜ਼ਰੀਆਂ ਹੱਥਾਂ ਸਾਡੇ ਵੱਡੇ ਵੀ ਸ਼ੀਤਲ ਬੇਦੀ ਦਾ, ਜਿਨ੍ਹਾਂ ਨੇ ਸਾਡੇ ਸੁਬੇ ਉੱਤੇ ਆ ਕੇ ਆਪਣਾ ਇੱਥੇ ਸਮਾਂ ਦਿੱਤਾ ਔਰ ਸਾਡਾ ਮਨ ਲਗਾਇਆ। ਉਸਦੇ ਨਾਲ ਹੀ ਨਾਲ ਹਲਕਾ ਵੀ ਸ਼੍ਰੀ ਸੁਖੀ ਨਿੰਕੂ ਜੀ ਸਾਡੇ ਵੱਡੇ ਵੀ, ਜਿਨ੍ਹਾਂ ਨੇ ਸਾਨੂੰ ਹੁਣ ਆਪਣੇ ਅਖਤਿਆਰੀ ਪਾਸੋਂ ਕੁਛ ਅਨਾਊਂਸਮੈਂਟਸ ਕੀਤੀਆਂ ਨੇ, ਹੋਰ ਕੁਛ ਨਾਲ ਹੀ ਨਾਲ ਇਰਾਦਾ ਕੀਤਾ ਹੈ ਕਿ ਜਿਹੜੀ ਪਬਲਿਕ ਡਿਮਾਂਡ ਹੈ ਜਿਹੜੀ ਪਿਛਲੇ 2 ਸਾਲ ਤੋਂ ਅਸੀਂ ਜਿਹੜਾ ਕਰ ਰਹੇ ਸੀਗੇ, ਤਾਂ ਕੋਈ ਉਪਰਾਲਾ ਕਰੀਏ ਤਾਂ ਕਿ ਇਹ ਜਿਹੜਾ ਅੱਗੇ ਗਈ ਹੈ ਇਸ ਨੂੰ ਉਹਨਾਂ ਤੋਂ ਵਾਪਸ ਲਿਆ ਜਾਵੇ। ਧੰਨ ਲੱਖ ਲੱਖ ਵਧਾਈਆਂ ਹਨ ਔਰ ਬੜੀ ਖੁਸ਼ੀ ਦੀ ਗੱਲ ਹੈ। ਔਰ ਵੈਸੇ ਦੋਵੇਂ ਜੋ ਲੀਡਰ ਸਾਹਿਬ ਨੇ ਕਹਿ ਦਿੱਤੀਆਂ ਹਨ ਵੀ MLA ਵੀ ਸਾਡੇ ਘਰ ਦਾ, MP ਵੀ ਸਾਡੇ ਘਰ ਦਾ, ਅਤੇ ਨਾਲ ਸਪੋਰਟ ਜਿਹੜੀ ਹੈ ਉਹ ਸ਼ੀਤਲ ਵਿਜੇ ਦੀ ਹੋਵੇ, ਅਤੇ ਫਿਰ ਵੀ ਜੇ ਆਪਣੇ ਕੋਲ ਜਗ੍ਹਾ ਨਾ ਲਿੱਤੀ ਜਾਵੇ ਤਾਂ ਫਿਰ ਪਾਣੀ ਇਹ ਦੱਸ ਸਾਡੇ ਦੋਨੇ ਹੀ ਜਿਹੜੇ ਪੌਦੇ ਹਨ ਸਾਡੇ ਪਰਿਵਾਰ